ਪਿਛਲੇ ਦਿਨੀ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਇੱਕ ਹੈਰਾਨੀਜਨਕ ਅੰਕੜੇ ਸਾਹਮਣੇ ਲਾਤੇ ਗਏ। ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚ 140 ਕਰੋੜ ਦੀ ਆਬਾਦੀ ਵਾਲਾ ਇੰਡੀਆ ਦੇਸ਼, ਪਰ ਜੇਕਰ ਦੁੱਧ ਦੀ ਪੈਦਾਵਾਰ ਦੀ ਗੱਲ ਕੀਤੀ ਜਾਵੇ, ਖਪਤ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦੇ ਕਿ ਜੋ ਦੁੱਧ ਦੀ ਖਪਤ ਆ ਤਾਂ ਹਿੰਦੁਸਤਾਨ ਦੇ ਵਿੱਚ 65,000 ਲੱਖ ਕਰੋੜ ਦੀ ਖਪਤ ਆ, ਪਰ ਦੱਸਿਆ ਜਾ ਰਿਹਾ ਕਿ 50,000 ਕਰੋੜ ਲੱਖ ਦੇ ਕਰੀਬ ਜੋ ਨਕਲੀ ਦੁੱਧ ਬਣਦਾ। ਕਿਤੇ ਨਾ ਕਿਤੇ ਜੋ ਡੰਗਰ ਬੱਛੇ ਰੱਖਣ ਵਾਲੇ ਨੇ, ਕਿਸਾਨ ਵੀਰ ਨੇ, ਉਹਨਾਂ ਦੇ ਲਈ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ, ਕਿਉਂਕਿ ਜ਼ਿਆਦਾਤਰ ਹਿੰਦੁਸਤਾਨ ਦੇ ਵਿੱਚ ਨਕਲੀ ਦੁੱਧ ਬਣ ਰਿਹਾ, ਪਰ ਜਿਸ ਦੇ ਨਾਲ ਕਿਸਾਨ ਨੂੰ ਢਾਹ ਵੀ ਲੱਗ ਰਹੀ ਆ ਅਤੇ ਲੋਕ ਡੰਗਰ ਪਸ਼ੂ ਜੋ ਸਾਹਮਣ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਉਂਦੇ ਨੇ। ਸਾਡੇ ਨਾਲ ਪੁਣੀਆ ਸਾਹਿਬ ਮੌਜੂਦ ਨੇ, ਸਤਵੰਤ ਸਿੰਘ ਪੁਣੀਆ, ਤੁਸੀਂ ਵੇਖ ਵੀ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਡੰਗਰ ਰੱਖੇ ਹੋਏ ਨੇ, ਦੁੱਧ ਦਾ ਕੰਮ ਵੀ ਆ। ਅਤੇ ਇਹਨਾਂ ਨਾਲ ਗੱਲ ਕਰਦੇ ਹਾਂ, ਪੁਣੀਆ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਜੋ ਸਿਹਤ ਸੰਗਠਨ ਵਿਸ਼ਵ ਦੇ ਵੱਲੋਂ ਜੋ ਅੰਕੜੇ ਲਿਆਤੇ ਗਏ ਨੇ, ਹੈਰਾਨੀਜਨਕ ਨੇ, ਵੈਸੇ ਤਾਂ ਕਿਸ ਤਰ੍ਹਾਂ ਵੇਖਦੇ? ਇਹ ਹੈਰਾਨੀਜਨਕ ਅੰਕੜੇ ਨਹੀਂ, ਇਹ ਬਿਲਕੁਲ ਸਹੀ ਅੰਕੜੇ ਨੇ, ਕਿਉਂਕਿ ਇਹਨਾਂ ਨਕਲੀ ਦੁੱਧ ਬਣਨ ਨਾਲ ਜਿਹੜੇ ਅਸਲੀ ਦੁੱਧ ਪਾਲਕ ਨੇ ਉਹ ਤਾਂ ਹੀ ਪਸ਼ੂ ਰੱਖਣੋਂ ਹਟ ਗਏ ਘਰਾਂ 'ਚ, ਕਿਉਂਕਿ ਨਕਲੀ ਦੁੱਧ ਸਸਤੇ ਰੇਟ 'ਤੇ ਤਿਆਰ ਹੋ ਕੇ ਜਿਹੜਾ ਸਿਰਫ 6-7 ਰੁਪਈਏ ਕਿਲੋ ਹੀ ਤਿਆਰ ਹੋ ਜਾਂਦਾ, 35-40 ਰੁਪਈਏ 'ਚ ਵਿਕਦਾ, ਉਹਨੇ ਅਸਲੀ ਦੁੱਧ ਦੀ ਕੀਮਤ ਨੂੰ ਨਾ ਮਿਲਣ ਕਰਕੇ ਕਿਸਾਨਾਂ ਨੂੰ, ਕਿਸਾਨ ਆਪਣੇ ਡੰਗਰ ਰੱਖਣੋਂ ਹਟ ਗਏ। ਅਤੇ ਉਹ ਡੰਗਰ ਇਸੇ ਕਰਕੇ ਨਹੀਂ ਰੱਖਦੇ ਕਿਉਂਕਿ ਅਸਲੀ ਦੁੱਧ ਖਰੀਦਣ ਵਾਲਾ ਕੋਈ ਹੈ ਹੀ ਨਹੀਂ, ਜਦ ਨਕਲੀ ਦੁੱਧ ਉਹਨਾਂ ਨੂੰ 35-40 ਰੁਪਈਏ ਜਾਂ 50 ਰੁਪਈਏ ਕਿਲੋ ਮਿਲ ਜਾਂਦਾ ਤਾਂ ਉਹ ਅਸਲੀ ਦੁੱਧ ਦੀ ਲੋਕਾਂ ਨੂੰ ਪਛਾਣੇ ਨਹੀਂ ਹੈ। ਇਸੇ ਕਰਕੇ ਅਸਲੀ ਦੁੱਧ ਆਪਣੇ ਜਿਹੜੇ ਕਿਸਾਨ ਨੇ ਉਹ ਵੀ ਡੰਗਰ ਘਰਾਂ 'ਚੋਂ ਰੱਖਣੋਂ ਖਤਮ ਹੋ ਗਏ। ਅੱਗੇ ਹਰੇਕ ਗਰੀਬ ਆਦਮੀ ਜਿਹਨੂੰ ਕੰਮ ਨਹੀਂ ਸੀ ਮਿਲਦਾ ਉਹ ਵੀ 2-3 ਡੰਗਰ ਆਪਣੇ ਘਰ ਰੱਖ ਕੇ ਦੁੱਧ ਪਾ ਕੇ ਗੁਜ਼ਾਰਾ ਕਰ ਲੈਂਦਾ ਸੀ, ਪਰ ਜਦੋਂ ਦੀ ਇਹ ਨਕਲੀ ਦੁੱਧ ਦੀ ਭਰਮਾਰ ਚੱਲੀ ਹੈ ਉਦੋਂ ਤੋਂ ਉਹ ਸਾਰਾ ਧੰਦੇ ਚੌਪਟ ਹੋ ਗਏ। ਇਸੇ ਕਰਕੇ ਹੀ ਬੇਰੁਜ਼ਗਾਰੀ ਵੱਧ ਗਈ, ਪਰ ਸਰਕਾਰਾਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀਆਂ। ਉਹ ਜੇ ਜਿਹੜਾ ਨਕਲੀ ਦੁੱਧ ਹੈ ਇਹਨੂੰ ਬੰਦ ਕਰਾ ਕੇ ਅਸਲੀ ਦੁੱਧ ਦੀ ਪੈਦਾਵਾਰ ਵਧਾਉਂਦੇ, ਨਾਲੇ ਤਾਂ ਜਨਤਾ ਦੀ ਸਿਹਤ 'ਚ ਸੁਧਾਰ ਹੁੰਦਾ। ਅੱਜ ਜਿਹੜਾ ਹਸਪਤਾਲਾਂ 'ਚ, ਪ੍ਰਾਈਵੇਟ ਹਸਪਤਾਲਾਂ 'ਚ, ਸਰਕਾਰੀ ਹਸਪਤਾਲਾਂ 'ਚ ਬਿਮਾਰਾਂ ਦੀਆਂ ਭਰਮਾਰਾਂ, ਵੱਡੀਆਂ ਭੀੜਾਂ ਲੱਗੀਆਂ ਹੋਈਆਂ ਨੇ, ਉਹਦੇ ਵਾਸਤੇ ਤਾਂ ਸਰਕਾਰਾਂ ਬਹੁਤ ਵੱਡਾ ਰੌਲਾ ਪਾ ਰਹੀਆਂ ਨੇ ਵੀ ਅਸੀਂ ਦਵਾਈਆਂ 'ਤੇ ਸਬਸਿਡੀ ਦਿੰਦੇ ਹਾਂ, ਫਲਾਨਾ ਦਿੰਦੇ ਹਾਂ, ਪਰ ਜੇ ਉਹੀ ਸਬਸਿਡੀ ਜਾਂ ਡੰਗਰ ਪਾਲਕਾਂ ਵੱਲ ਧਿਆਨ ਦਿੰਦੀਆਂ ਸਰਕਾਰਾਂ, ਨਾਲੇ ਤਾਂ ਸਿਹਤ 'ਚ ਸੁਧਾਰ ਰਹਿੰਦਾ ਅਤੇ ਨਾਲੇ ਲੋਕਾਂ ਨੂੰ ਰੁਜ਼ਗਾਰ ਮਿਲਦਾ। ਰੁਜ਼ਗਾਰ ਮਿਲ ਕੇ ਜਿਹੜੇ ਬਾਹਰ ਵਿਦੇਸ਼ਾਂ ਨੂੰ ਧੜਾ ਧੜ ਮੁੰਡੇ ਜਾ ਰਹੇ ਨੇ, ਹੋਰ ਹੋ ਰਹੇ ਨੇ, ਉਹਨਾਂ ਨੂੰ ਵੀ ਕੰਮ ਕਾਰ ਮਿਲਦਾ। ਜਾਮ ਬੇਰੁਜ਼ਗਾਰੀ ਦਾ ਦਿਨ ਪਰ ਦਿਨ ਵਾਧਾ ਹੋ ਰਿਹਾ, ਉਹਦੇ 'ਚ ਹਿੰਦੁਸਤਾਨ ਪੱਧਰ 'ਤੇ ਹੀ ਸੁਧਾਰ ਹੁੰਦਾ, ਪਰ ਨਾ ਤਾਂ ਸੈਂਟਰ ਵਾਲੀ ਸਰਕਾਰ
ਨਾ ਹੀ ਪੰਜਾਬ ਵਾਲੀ ਸਰਕਾਰ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਾਹਿਬ ਲੱਗਦਾ ਤੁਹਾਨੂੰ ਕਿ ਨਕਲੀ ਦੁੱਧ ਦੀ ਜੋ ਆਪਾਂ ਕਿ ਜਨਮਦਾਤਾ ਨਕਲੀ ਦੁੱਧ ਜੋ ਲਗਾਤਾਰ ਛੋਟੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਬਿਮਾਰੀਆਂ ਨਾਲ ਘਿਰੇ ਪਏ ਨੇ, ਹਸਪਤਾਲਾਂ 'ਚ ਭੀੜ ਲੱਗੀ ਹੋਈ ਆ। ਜੇਕਰ ਦੁੱਧ ਦੀ ਗੱਲ ਕਰ ਲਈਏ ਤਾਂ ਦੁੱਧ ਜੰਮਦੇ ਬੱਚੇ ਅਤੇ 100 ਸਾਲ ਦੇ ਬਜ਼ੁਰਗ ਨੂੰ ਇਸ ਦੀ ਜ਼ਰੂਰਤ ਪੈਂਦੀ ਹੈ, ਹਰ ਕੋਈ ਦੁੱਧ ਦਾ ਸੇਵਨ ਕਰਦਾ। ਇਕੱਲਾ ਦੁੱਧ ਦਾ ਸੇਵਨ ਹੀ ਨਹੀਂ ਕਰਦਾ, ਦੁੱਧ ਇੱਕ ਇਹੀ ਜਿਹੀ ਖੁਰਾਕ ਸੀ ਜਿਹੜੀ ਹਰੇਕ ਬਿਮਾਰ ਨੂੰ ਪੂਰਾ ਸਮਝੋ ਤਾਕਤ ਵੀ ਦਿੰਦੀ ਸੀ। ਜਦੋਂ ਆਪਣੇ ਕੋਲ ਸਾਰੀਆਂ ਬਿਮਾਰੀਆਂ ਤੋਂ ਰਹੇ ਤਾਂ ਡਾਕਟਰ ਇਹੀ ਕਹਿੰਦੇ ਨੇ ਵੀ ਤੁਸੀਂ ਦੁੱਧ ਪੀ ਲਓ ਜਾਂ ਲੱਸੀ ਪੀਓ ਜਾਂ ਦਹੀਂ ਸ਼ੁੱਧ ਖਾਓ। ਪਰ ਉਹ ਕੀ ਕਰਨਗੇ ਜਦੋਂ ਉਹ ਸਾਰਾ ਨਕਲੀ ਤਿਆਰ ਹੋ ਰਿਹਾ, ਉਹ ਨਕਲੀ ਨਾਲ ਉਦੋਂ ਵੀ ਵੱਧ ਬਿਮਾਰੀਆਂ ਲੱਗ ਰਹੀਆਂ ਨੇ। ਸਰਕਾਰ ਦਾ ਇਸ ਪਾਸੇ ਤਾਂ ਕੋਈ ਧਿਆਨ ਨਹੀਂ ਹੈ, ਕਿਉਂਕਿ ਵਿੱਚੇ ਸਰਕਾਰੀ ਵਿੱਚੇ ਪ੍ਰਸ਼ਾਸਨ ਵੱਡੇ ਪੱਧਰ 'ਤੇ ਸਾਰੇ ਮਿਲੇ ਹੋਏ ਨੇ। ਅੱਜ ਤੱਕ ਕਿਸੇ ਵੀ ਦੁੱਧ ਵਾਲੇ ਉਸ ਨੂੰ ਕਦੇ ਕੋਈ ਸਜ਼ਾ ਹੋਈ ਨਹੀਂ ਦੇਖੀ। ਕਿੰਨਾ ਧੰਦਾ ਕਿੰਨਾ ਰੌਲਾ ਪੈ ਰਿਹਾ ਵੀ ਨਕਲੀ ਦੁੱਧ ਹੀ ਫਲਾਨੀ ਜਗ੍ਹਾ ਫੈਕਟਰੀ ਫੜ ਲਈ। ਵੱਡੇ ਵੱਡੇ ਕਈ ਵਾਰੀ ਦਾਅਵੇ ਕੀਤੇ ਜਾਂਦੇ ਨੇ ਵੀ ਇੰਨੇ ਹਜ਼ਾਰ ਅਸੀਂ ਨਕਲੀ ਦੁੱਧ ਫੜ ਲਿਆ, ਪਰ ਉਹਨਾਂ 'ਚੋਂ ਕਦੇ ਵੀ ਕਿਸੇ ਨੂੰ ਸਜ਼ਾ ਹੁੰਦੀ ਨਹੀਂ ਸੁਣੀ। ਪਿੱਛੇ ਜੇ ਪਟਿਆਲੇ ਜਿੱਥੇ ਸੈਂਪਲ ਉਹ ਹੁੰਦੇ ਨੇ ਉੱਥੇ ਦੀ ਵੱਡੀ ਰਿਪੋਰਟ ਆਈ ਸੀ ਇਹ ਵੀ ਇੱਥੇ ਸਾਰਾ ਮਿਲ ਮਿਲਾ ਕੇ ਉਹ ਸਾਰੇ ਸੈਂਪਲ ਉੱਥੇ ਪਾਸ ਹੋ ਜਾਂਦੇ ਸੀ। ਇਸੇ ਕਰਕੇ ਨਕਲੀ ਦੁੱਧ ਦਾ ਧੰਦਾ ਅੱਜ ਪੰਜਾਬ ਵਿੱਚ ਤਾਂ ਕੀ ਹਿੰਦੁਸਤਾਨ ਲੈਵਲ 'ਤੇ ਹੀ ਪੂਰਾ ਛਾਇਆ ਹੋਇਆ। ਇਹਦੇ 'ਚ ਕਿਸੇ ਵੀ ਸਰਕਾਰ ਨੇ ਨਾ ਪੰਜਾਬ ਵਾਲੀ ਸਰਕਾਰ ਧਿਆਨ ਦੇ ਰਹੀ ਹੈ, ਨਾ ਸੈਂਟਰ ਵਾਲੀਆਂ ਅਤੇ ਨਾ ਹੋਰ ਸਟੇਟਾਂ ਵਾਲੀਆਂ। ਜੇ ਸਰਕਾਰਾਂ ਇੱਧਰ ਧਿਆਨ ਦੇਣ ਨਾਲੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਨਾਲੇ ਲੋਕਾਂ ਦੀ ਸਿਹਤ 'ਚ ਸੁਧਾਰ ਹੋਊਗਾ ਅਤੇ ਵੱਡੇ ਪੱਧਰ 'ਤੇ ਇਹਦੇ 'ਚ ਧਿਆਨ ਦੇਣ ਦੀ ਲੋੜ ਹੈ। ਪਰ ਸਰਕਾਰਾਂ ਦੇ ਨਹੀਂ ਰਹੀਆਂ, ਇਹਦੇ ਤੋਂ ਪਸ਼ੂ ਪਾਲਕ ਬਹੁਤ ਚਿੰਤਾਜਨਕ ਨੇ ਅਤੇ ਜਿਹੜਾ ਬਿਮਾਰੀਆਂ 'ਚ ਵਾਧਾ ਹੋ ਰਿਹਾ ਅਤੇ ਲੋਕਾਂ ਦੇ ਰੁਜ਼ਗਾਰ ਦਾ ਵੀ ਨੁਕਸਾਨ ਹੋ ਰਿਹਾ। ਇਹਦੇ 'ਚ ਸਰਕਾਰਾਂ ਜ਼ਿੰਮੇਵਾਰ ਨੇ, ਪਰ ਇਹਦੇ ਕੰਨੀ ਕੋਈ ਵੀ ਧਿਆਨ ਨਹੀਂ ਦੇ ਰਿਹਾ। ਬੜੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਉਹ ਸਾਰੇ ਫੋਕੀ ਹੋ ਕੇ ਰਹਿ ਜਾਂਦੇ ਨੇ। ਬਿਲਕੁਲ, ਪੁਣੀਆਂ ਸਾਹਮਣੇ ਜਿੱਥੇ ਦੱਸਿਆ ਕਿ ਸਰਕਾਰਾਂ ਦਾਅਵੇ ਤਾਂ ਕਰਦੀਆਂ ਨੇ, ਆਖਿਆ ਵੀ ਜਾਂਦਾ ਕਿ ਅੱਜ ਇੰਨੇ 1000 ਲੀਟਰ ਨਕਲੀ ਦੁੱਧ ਫੜਿਆ ਗਿਆ, ਪਰ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ? ਜੇਕਰ ਤਾਜ਼ਾ ਅੰਕੜਿਆਂ ਦੀ ਫਿਰ ਤੋਂ ਗੱਲ ਕੀਤੀ ਜਾਵੇ ਤਾਂ ਪਿਛਲੇ 3 ਸਾਲਾਂ ਅੰਦਰ ਤੁਹਾਨੂੰ ਦੱਸ ਦਈਏ ਕਿ ਦੁੱਧ ਅਤੇ ਦੁੱਧ ਤੋਂ ਬਣਾਏ ਗਏ ਪਦਾਰਥਾਂ ਦੇ 20,988 ਸੈਂਪਲ ਭਰੇ ਗਏ ਸੀ, ਜਿਨ੍ਹਾਂ ਦੇ ਵਿੱਚੋਂ 3,712 ਸੈਂਪਲ ਹੀ ਪਾਸ ਹੋਏ ਨੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਅੰਕੜੇ ਨੇ ਆਪਣੇ ਆਪ ਦੇ ਵਿੱਚ ਦਰਸਾਉਂਦੇ ਨੇ, ਜੋ ਹਿੰਦੁਸਤਾਨ ਦੇ ਵਿੱਚ ਬਿਮਾਰੀਆਂ ਲੱਗੀਆਂ ਹੋਈਆਂ ਨੇ, ਲਗਾਤਾਰ ਲੋਕ ਹਸਪਤਾਲਾਂ ਵਿੱਚ ਭੱਜ ਰਹੇ ਨੇ, ਹਸਪਤਾਲਾਂ ਵੱਲ ਮੂੰਹ ਕਰ ਰਹੇ ਨੇ, ਪਰ ਉਸ ਦਾ ਕਾਰਨ ਕਿਤੇ ਨਾ ਕਿਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਆਖਿਆ ਕਿ ਜੰਮਦੇ ਬੱਚੇ ਤੋਂ 100 ਸਾਲ ਦਾ ਜੋ ਬਜ਼ੁਰਗ ਆ ਉਸਨੂੰ ਦੁੱਧ ਦੀ ਜ਼ਰੂਰਤ ਹੁੰਦੀ ਆ। ਸਤਨਾਮ ਸਿੰਘ ਜੀ, ਸਤਨਾਮ, ਕਿਸ ਤਰ੍ਹਾਂ ਵੇਖਦੇ ਹੋ ਕਰਕੇ ਕਿਸਾਨਾਂ ਦੇ ਘਰਾਂ ਦੇ ਵਿੱਚੋਂ, ਚਾਹੇ ਉਹ ਗਰੀਬ ਹੋਣ ਜਾਂ ਕਿਸਾਨ ਹੋਣ? ਪਹਿਲਾਂ ਹਰ ਇੱਕ ਦੇ ਡੰਗਰ ਹੁੰਦੇ ਸੀ ਘਰ ਦੇ ਵਿੱਚ, ਚਾਹੇ ਇੱਕ ਹੋਣ ਚਾਹੇ ਵੱਧ ਹੋਣ, ਪਰ ਹੁਣ ਲਗਾਤਾਰ ਡੰਗਰ ਤਾਂ ਅਲੋਪ ਹੋ ਰਹੇ ਨੇ ਪਰ ਜੋ ਦੁੱਧ ਦੀ ਪੈਦਾਵਾਰ ਉਹ ਲਗਾਤਾਰ ਵੱਧੀ ਜਾ ਰਹੀ। ਇਹ ਤਾਂ ਜੀ ਪੈਦਾਵਾਰ ਸਾਨੂੰ ਤਾਂ ਆਪ ਨਹੀਂ ਇਸ ਗੱਲ ਦੀ ਸਮਝ ਆ ਰਹੀ ਜੀ। ਲਾ ਲਓ ਜੀ, ਹੁਣ ਪਿੰਡਾਂ ਦੇ ਵਿੱਚ ਪਹਿਲਾਂ ਨਾਲੋਂ ਡੰਗਰ ਬਹੁਤ ਘੱਟ ਗਏ,
ਕਾਹਤੋਂ ਘੱਟ ਗਈ ਜੀ? ਕੁਛ ਤਾਂ ਦੁੱਧ ਆ ਜਿਹੜਾ ਆਪਣਾ ਇਹ ਤੁਹਾਨੂੰ ਤੁਸੀਂ ਦੱਸ ਕੇ ਹਟੋ ਜੀ ਵੀ ਪੈਦਾਵਾਰ ਦੁੱਧ ਦੀ ਵੱਧ ਆ ਗਈ, ਸਾਨੂੰ ਇਹੀ ਸਮਝ ਨਹੀਂ ਆ ਰਹੀ ਪਿੰਡ ਵਾਲੇ ਨੇ ਵੀ ਦੁੱਧ ਆਉਂਦਾ ਕਿੱਥੋਂ ਆ? ਆ ਇਹ ਦੁੱਧ ਦੀ ਤਾਂ ਗੱਲ ਛੱਡੋ ਤੁਸੀਂ, ਜਦੋਂ ਵਿਆਹਾਂ ਸ਼ਾਦੀਆਂ ਦੇ ਵਿੱਚ ਹੁੰਦੇ ਨੇ ਕਹਿੰਦੇ ਜੀ ਬੱਕਰੇ ਇੰਨੇ ਨੇ ਵੱਢੇ ਜਾਂਦੇ ਨੇਗੇ, ਉਹ ਕਿੱਥੋਂ ਆਉਂਦੇ ਨੇ ਤੁਸੀਂ ਦਿਖਾਓ ਜੀ ਇੰਨੇ ਪਿੰਡਾਂ ਦੇ ਵਿੱਚ ਕਿੰਨੇ ਕੁ ਬੱਕਰੇ ਨੇ, ਕਿੰਨਾ ਕੁ ਦੁੱਧ ਆ ਪਿੰਡਾਂ ਦੇ ਵਿੱਚ? ਹੁਣ ਤਾਂ ਉਈ ਇੱਕ ਇੱਕ ਮਹਿਸ ਰੱਖ ਰਿਹਾ ਜੀ, ਹਰੇਕ ਬੰਦਾ ਬੜਾ ਤੋਂ ਬੜਾ ਜ਼ਿਮੀਂਦਾਰ ਵੀ ਦੁੱਧ ਮਤਲਬ ਐਂ ਕਹਿੰਦਾ ਵੀ ਜੇ ਐਂ ਸਰਜੇ, ਕਿਉਂਕਿ ਇੱਕ ਤਾਂ ਕਾਹਤੋਂ ਨਹੀਂ ਰੱਖ ਰਿਹਾ ਜੀ ਮੱਝਾਂ, ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਜੀ। ਮਹਿੰਗਾਈ ਕਿਸ ਗੱਲ ਦੀ ਹੋ ਗਈ ਜੀ? ਦੇਖੋ ਜਿਹੜਾ ਹਰਾ ਚਾਰਾ ਇਹ ਰੇਹਾਂ ਸਪਰੇਹਾਂ ਵਾਲਾ ਇਹ, ਕਿਉਂਕਿ ਉਹ ਹੁੰਦਾ ਨਹੀਂ ਰੂੜੀ ਦੀਆਂ ਖਾਦਾਂ, ਹੁਣ ਤੁਹਾਨੂੰ ਪਤਾ ਜੀ ਇੰਨਾ ਉਹ ਨਹੀਂ ਰਿਹਾ, ਅਤੇ ਹਰਾ ਚਾਰਾ ਇਹ ਮਹਿੰਗਾ ਹੋ ਰਿਹਾ ਜੀ, ਆਪਣੀਆਂ ਫੀਡ ਇਹ ਮਹਿੰਗੀ ਹੋ ਰਹੀ ਹੈ ਜੀ। ਕੁਛ ਮਤਲਬ ਇਹਨਾਂ ਦੇ ਬਹੁਤ ਜਦੋਂ ਡੈਰੀ ਵਿੱਚ ਲੈ ਕੇ ਜਾਣਾ ਦੁੱਧ ਨੂੰ ਜੀ, ਉਹਦੀ ਪੂਰੀ ਕੀਮਤ ਨਹੀਂ ਮਿਲਦੀ, ਤਾਂ ਕਰਕੇ ਜੀ ਇਹ ਜਿਹੜਾ ਨਕਲੀ ਦੁੱਧ ਹੈ ਉਹਦੀ ਪਤਾ ਨਹੀਂ ਕਿਵੇਂ ਉਦੋਂ ਇਹ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਜੀ, ਪਤਾ ਹੀ ਕਿਵੇਂ। ਜੇਕਰ ਸਤਨਾਮ ਗੱਲ ਕੀਤੀ ਜਾਵੇ, ਨਕਲੀ ਦੁੱਧ ਫੜਿਆ ਜਾਂਦਾ, ਸੁਰਖੀਆਂ ਵੀ ਬਣਦੀਆਂ ਨੇ ਅਖਬਾਰਾਂ ਦੀਆਂ ਕਿ 20,000 ਲੀਟਰ ਫੜ ਲਿਆ, 30,000 ਲੀਟਰ ਫੜ ਲਿਆ, ਫੈਕਟਰੀ ਫੜ ਲਈ, ਪਰ ਉਹਨਾਂ ਦੀ ਕਾਰਵਾਈ ਨਹੀਂ ਹੁੰਦੀ, ਤਾਂ ਹੁਣ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰਾਂ ਦੀ ਢਿੱਲ ਮੁੱਠ ਦਾ ਨਤੀਜਾ ਜੋ ਨਕਲੀ ਦੁੱਧ ਪੈਦਾਵਾਰ? ਦੇਖੋ ਜੀ ਐਡੀ ਗੱਡੀ ਮੈਂ ਤਾਂ ਨਹੀਂ ਵੈਸੇ ਗੱਲ ਕਹਿ ਸਕਦਾ, ਇਹ ਸਰਕਾਰ ਇਹ ਤੁਹਾਨੂੰ ਵੀ ਪਤੀ ਹੈ ਜੀ, ਸਾਰੇ ਪ੍ਰਸ਼ਾਸਨ ਨੂੰ ਵੀ ਪਤੀ ਹੈ ਜੀ, ਇਹ ਨਕੇਲ ਪਾਉਣੀ ਚਾਹੀਦੀ ਹੈ ਜੀ, ਠੀਕ ਹੈ ਜੀ, ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜੀ, ਅਤੇ ਦੁੱਧ ਜਿਹੜਾ ਵੀ ਨਕਲੀ ਬਣ ਰਿਹਾ ਜੀ ਇਹ ਸਰਕਾਰਾਂ ਨੂੰ ਇਹ ਨੱਥ ਪਾਉਣੀ ਚਾਹੀਦੀ ਜੀ। ਪ੍ਰਸ਼ਾਸਨ ਇਕੱਲਾ ਸਰਕਾਰਾਂ ਵੀ ਕੀ ਕਰਨੇ ਜੀ, ਨੀਚੇ ਪੱਧਰ ਤੋਂ ਜੇ ਪ੍ਰਸ਼ਾਸਨ ਸਾਰਾ ਧਿਆਨ ਦੇਵੇ ਜੀ ਤਾਂ ਵੀ ਹੈ, ਸਰਕਾਰ ਕੋਈ ਵੀ ਚਾਹੇ ਕੋਈ ਵੀ ਇਹ ਨਹੀਂ ਚਾਹੁੰਦੀ ਹੈਗੀ ਵੀ ਇਹ ਲੋਕਾਂ ਦੀ ਮਤਲਬ ਸਿਹਤ ਨਾਲ ਖਿਲਵਾੜ ਹੋਵੇ, ਥੋੜ੍ਹਾ ਜਿਹਾ ਆਪਣੇ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਵੀ ਧਿਆਨ ਦੇਣ ਦੀ ਲੋੜ ਆ ਜੀ ਨੀਚੇ ਪੱਧਰ ਤੋਂ। ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਅਤੇ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਧਿਆਨ ਦੇਣ ਦੀ ਲੋੜ ਆ। ਪਿੰਡਾਂ ਦੇ ਵਿੱਚ ਲਗਾਤਾਰ ਡੰਗਰ ਅਲੋਪ ਹੁੰਦੇ ਜਾ ਰਹੇ ਨੇ, ਪਰ ਦੁੱਧ ਦੀ ਪੈਦਾਵਾਰ ਲਗਾਤਾਰ ਵੱਧਦੀ ਜਾ ਰਹੀ ਆ। ਆਖਿਰਕਾਰ ਦੁੱਧ ਆਉਂਦਾ ਕਿੱਥੋਂ ਆ, ਦੁੱਧ ਬਣਦਾ ਕਿੱਥੋਂ ਆ? ਜੇਕਰ ਨਕਲੀ ਦੁੱਧ ਬਣ ਰਿਹਾ ਤਾਂ ਦੁੱਧ ਬਣਾਉਣ ਵਾਲਿਆਂ ਦੇ ਉੱਤੇ ਹਾਲੇ ਤੱਕ ਕੋਈ ਸਖਤ ਕਾਰਵਾਈ ਕਿਉਂ ਨਹੀਂ ਬਣੀ? ਕਿਉਂ ਨਹੀਂ ਇਹਨਾਂ ਨਕਲੀ ਦੁੱਧ ਬਣਾਉਣ ਵਾਲਿਆਂ ਦੇ ਉੱਤੇ ਕੋਈ ਸਖਤ ਕਾਨੂੰਨ ਲਿਆਂਦਾ ਜਾਂਦਾ? ਪਰ ਹੈਰਾਨੀਜਨਕ ਇਹ ਆ ਕਿ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵੀ ਜੇਕਰ ਲੋਕ ਨੇ ਸਿਰਫ ਸਹਿਮੇ ਹੋਏ ਨੇ, ਡਰੇ ਹੋਏ ਨੇ। ਉਹਨਾਂ ਦਾ ਕਹਿਣਾ ਕਿ ਹਰ ਇੱਕ ਵਿਅਕਤੀ ਘਰ ਦਾ ਹਰ ਇੱਕ ਮੈਂਬਰ ਦੁੱਧ ਪੀਂਦਾ, ਪਰ ਹੁਣ ਨਕਲੀ ਕਿਹੜਾ ਅਸਲੀ ਕਿਹੜਾ ਇਸ ਦੀ ਪਹਿਚਾਣ ਕਰਨੀ ਮੁਸ਼ਕਿਲ ਹੈ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ, ਲਿਵਿੰਗ ਇੰਡੀਆ, ਸੰਗਰੂਰ।